ਹੈਲੋ एवरीवन ਵਾਂਸ ਅਗੇਨ ਆਈ ਵੈਲਕਮ ਯੂ ਆਲ ਓਨ ਮਾਈ ਚੈਨਲ ਐਡੂਮਸਟ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਜੋ 2015 ਦੇ ਵਿੱਚ ਲੈਕਚਰਰ ਦੀਆਂ ਸਾਮੀਆਂ ਆਈਆਂ ਸਨ ਸੋ ਉਹਦਾ ਹੁਣ ਬਹੁਤ ਜ਼ਿਆਦਾ ਚਾਂਸਸ ਨੇ ਕਿ ਉਹਦੀ ਵੈਕੈਂਸੀ ਦੁਬਾਰਾ ਅਨਾਉਂਸ ਹੋ ਸਕਦੀ ਹੈ ਸੋ ਉਹਦੇ ਲਈ ਤੁਸੀਂ ਆਪਣੀ ਪ੍ਰੈਪਰੇਸ਼ਨ ਕਰ ਸਕਦੇ ਹੋ ਸਕਦੇ ਹੋ ਮਾਸਟਰ ਕੈਡਰ ਤੋਂ ਬਾਅਦ ਬੱਚੇ ਜਿਹੜੇ ਵੀ ਵਿਹਲੇ ਨੇ ਵੇਟ ਕਰ ਰਹੇ ਨੇ ਸੋ ਇਸ ਟਾਈਮ ਨੂੰ ਯੂਟਿਲਾਈਜ਼ ਕਰ ਸਕਦੇ ਤੁਸੀਂ ਇੱਕ ਵਾਰ ਅਸੀਂ ਇਹਨਾਂ ਦਾ ਜੋ ਵੀ 2015 ਦੇ ਵਿੱਚ ਦਾ ਜੋ ਵੀ ਐਜੂਕੇਸ਼ਨਲ ਕੁਆਲਿਫੀਕੇਸ਼ਨ ਰਹੀਆਂ ਸਨ ਜੋ ਵੀ ਪੇਪਰ ਦਾ ਪੈਟਰਨ ਰਿਹਾ ਸੀ ਕਿ ਕਿ ਯੋਗਤਾਵਾਂ ਰਹੀਆਂ ਸਨ ਉਹ ਸਭ ਅਸੀਂ ਇੱਕ ਵਾਰ ਡਿਸਕਸ ਕਰ ਲੈਣੇ ਆ ਸੋ ਥੈਟ ਕਿ ਤੁਹਾਨੂੰ ਥੋੜੀ ਥੋੜਾ ਈਜ਼ੀ ਹੋ ਜਾਵੇ ਤੁਹਾਡੇ ਲਈ ਪ੍ਰੈਪਰੇਸ਼ਨ ਕਰਨਾ ਔਰ ਇਸ ਟਾਈਮ ਨੂੰ ਯੂਟਿਲਾਈਜ਼ ਕਰੋ ਪੋਜ਼ਿਟਿਵ ਬੀਨਰ ਆਪਾਂ ਇੱਕ ਵਾਰ ਸਿਲੇਬਸ ਦੇਖ ਲੈਣੇ ਆ 2015 ਦੇ ਵਿੱਚ ਇਹਦੀ ਟੋਟਲ 50 ਅਸਾਮੀਆਂ ਨਿਕਲੀਆਂ ਸਨ ਸੋ ਇਸ ਵਾਰ ਅਕੋਰਡਿੰਗਲੀ ਸੀਟਸ ਉਹ ਜਿੰਨੀਆਂ ਵੀ ਹੋਣੀਆਂ ਉਸ ਦੇ ਅਕੋਰਡਿੰਗ ਉਹ ਤੁਹਾਡੇ ਨੋਟੀਫਿਕੇਸ਼ਨ ਕੱਢਣਗੇ ਆਪਣਾ ਮੇਨ ਕੰਮ ਹੈ ਕਿ ਆਪਾਂ ਪਹਿਲਾਂ ਦੇਖ ਲੈਣੇ ਕਿ ਇਹਦੀ ਕੀ ਕੁਆਲਿਫਿਕੇਸ਼ਨ ਰਹੇਗੀ ਠੀਕ ਹੈ ਕੌਣ-ਕੌਣ ਇਸ ਨੂੰ ਫਿਲ ਕਰ ਸਕਦਾ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਲਈ ਤੁਹਾਨੂੰ ਮਾਸਟਰ ਦੀ ਡਿਗਰੀ ਜਿਨ੍ਹਾਂ ਕੋਲ ਵੀ ਹੈ ਮਾਸਟਰ ਡਿਗਰੀ ਹੈ ਇੰਗਲਿਸ਼ ਜਿਹੜੀ ਵੀ ਤੁਸੀਂ ਫੀਲਡ ਦੇ ਵਿੱਚ ਕੀਤੀ ਹੈ ਪੰਜਾਬੀ ਯਾ ਹਿੰਦੀ ਤੁਸੀਂ ਜਿਹੜੇ ਵਿੱਚ ਕੀਤੀ ਹੈ ਉਹ ਤੁਹਾਨੂੰ ਐਵੇਂ ਹੋਣੀ ਚਾਹੀਦੀ ਹੈ ਐਂਡ ਤੁਹਾਡੇ ਕੋਲ ਬੈਚਲਰ ਡਿਗਰੀ ਤੇ ਬੀਐਡ ਦੀ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਚੌਂ ਦਾ ਟੰਗ ਕੀ ਰਹਿੰਦਾ ਹੈ ਇਹਦੇ ਵਿੱਚ ਉਹ ਪਹਿ ਇੱਕ ਵਾਰ ਦੇਖ ਲੈਣੇ ਕਿ ਚੌਂ ਦਾ ਟੰਗ ਇਸ ਤਰ੍ਹਾਂ ਰਹਿੰਦਾ ਹੈ ਕਿ 150 ਨੰਬਰਾਂ ਅੰਕਾ ਦਾ ਇਹ ਟੈਸਟ ਹੁੰਦਾ ਹੈ ਠੀਕ ਹੈ 150 150 300 ਨੰਬਰ ਦਾ ਟੋਟਲ ਟੈਸਟ ਹੁੰਦਾ ਹੈ 150 ਨੰਬਰ ਦਾ ਐਪਟੀਟਿਊਡ ਟੈਸਟ ਹੁੰਦਾ ਹੈ ਤੇ ਦੂਜਾ ਤੁਹਾਡਾ ਸਬਜੈਕਟ ਜਿਹੜਾ ਤੁਹਾਡਾ ਹੈ ਇੰਗਲਿਸ਼ ਹਿੰਦੀ ਪੰਜਾਬੀ ਉਸ ਤਰ੍ਹਾਂ ਤੁਹਾਡਾ ਇੱਕ 150 ਨੰਬਰ ਦਾ ਟੈਸਟ ਹੁੰਦਾ ਹੈ ਉਸ ਤੋਂ ਬਾਅਦ ਇਹਨਾਂ ਦੋਵਾਂ ਟੈਸਟਾਂ ਵਿੱਚੋਂ ਤੁਹਾਨੂੰ 75 ਯਾਨੀ ਕਿ 75 75 ਮਾਰਕਸ ਲੈਣੇ ਜ਼ਰੂਰੀ ਹੁੰਦੇ ਨੇ ਤੇ ਉਹਨੂੰ ਹੀ ਪਾਸ ਸਮਝਿਆ ਜਾਂਦਾ ਹੈ ਔਰ ਐਸਸੀ ਐਸਟੀ ਓਬੀਸੀ ਔਰ ਜਿਹੜੇ ਪੀਡਬਲਿਊਡੀ ਨੇ ਉਹਨਾਂ ਨੂੰ 5% आ, ਜਿਹੜੀ ਐ ਛੋਟ ਦਿੱਤੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਤੇ ਇਹਨਾਂ ਸਾਰੀਆਂ ਸ਼ਰਤਾਂ ਨੂੰ ਜੋੜ ਕੇ ਤੁਹਾਡੀ ਫਾਈਨਲ ਮੈਰਿਟ ਲਿਸਟ ਰੈਡੀ ਕੀਤੀ ਜਾਂਦੀ ਹੈ ਓਕੇ ਇਸੇ ਤਰ੍ਹਾਂ ਹੀ ਅਗਰ ਕਿਸੇ ਬੱਚੇ ਦੇ ਨੰਬਰ ਜਿਹੜੇ ਨੇ ਉਹ ਇਕੁਅਲ ਹੋ ਜਾਂਦੇ ਨੇ ਕਿਸੇ ਸਿਚੁਏਸ਼ਨ ਦੇ ਵਿੱਚ ਤਾਂ ਉਹਨਾਂ ਨੂੰ ਮੈਰਿਟ ਵਿੱਚ ਜਿਹੜੇ ਉਮਰਵਾਦ ਹੁੰਦੀ ਉਹਨੂੰ ਪਹਿਲੇ ਰੱਖਿਆ ਜਾਂਦਾ ਅਗਰ ਉਮਰ ਵੀ ਸੇਮ ਹੈ ਤਾਂ ਉਹਨਾਂ ਦੇ ਗ੍ਰੈਜੂਏਸ਼ਨ ਦੇ ਮਾਰਕਸ ਉਹ ਕਾਊਂਟ ਕਰਦੇ ਨੇ ਓਕੇ ਤੇ ਐਂਡ ਅਗਰ ਤੁਸੀਂ 18 ਤੋਂ 37 ਸਾਲ ਦੇ ਵਿੱਚ ਵਿੱਚ ਤੁਹਾਡੀ ਉਮਰ ਹੈ ਤਾਂ ਤੁਸੀਂ ਇਸ ਨੂੰ ਜ਼ਰੂਰ ਫੀਲ ਕਰ ਸਕਦੇ ਹੋ ਐਂਡ ਜੈਸਟੀ ਹੋ ਤਾਂ ਤੁਹਾਨੂੰ 5 ਸਾਲ ਦੀ ਛੋਟ ਵੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਆਪਣੀ ਐਕਸ ਸਰਵਿਸਮੈਨ ਹੁੰਦੇ ਨੇ ਜਾਂ ਜਿਹੜੇ ਸਰਕਾਰ ਦੇ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ 45 ਸਾਲ ਤੱਕ ਦੀ ਛੋਟ ਦਿੱਤੀ ਜਾਂਦੀ ਹੈ ਤੇ ਵਿਧਵਾ ਜਾਂ ਉਪਰਲੀ ਤਲਾਕਸ਼ੁਦਾ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ 42 ਸਾਲ ਤੱਕ ਦੀ ਉਮਰ ਦੀ ਛੋਟ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਤੁਹਾਡੀ ਉਮਰ ਦੀ ਡਿਵੀਜ਼ਨ ਇਹਦੇ ਵਿੱਚ ਹੁੰਦੀ ਹੈ ਵਿਕਲਾਂਗਾ ਨੂੰ 10 ਸਾਲ ਤੱਕ ਦੀ ਛੋਟ ਐਂਡ ਪੰਜਾਬ ਦੇ ਸਾਬਕਾ ਫੌਜੀਆ ਨੂੰ ਉਹਨਾਂ ਦੇ ਅਕੋਰਡਿੰਗ ਹੀ ਇਹਦੇ ਵਿੱਚ ਉੱਪਰਲੀ ਸੀਮਾ ਜੋ ਵੀ ਹੁੰਦੀ ਹੈ ਉਹ ਸੋ 3 ਸਾਲ ਤੱਕ ਦੀ ਛੋਟ ਦਿੱਤੀ ਜਾਂਦੀ ਹੈ ਠੀਕ ਹੈ ਐਂਡ ਫੀਸ ਦਾ ਪ੍ਰੋਸੈਸ ਕੀ ਰਹਿੰਦਾ ਹੈ ਕਿ ਜਨਰਲ ਔਰ ਹੋਰ ਕੈਟੇਗਰੀਆਂ ਲਈ ਇਹਨਾਂ ਨੇ ਉਸ ਟਾਈਮ ਤੇ 2015 ਦੇ ਵਿੱਚ 700 ਸੀ ਫੀਸ ਥੇਰ ਇਜ਼ ਐਸਸੀ ਔਰ ਐਸਟੀ ਲਈ 350 ਸੀ ਤੇ ਸਾਬਕਾ ਸੈਨਿਕ ਉਹਨਾਂ ਦੇ ਲਈ ਕੋਈ ਫੀਸ ਨਹੀਂ ਸੀ ਬਟ ਹੁਣ ਜਿਵੇਂ ਕਿ ਫੀਸ ਵੱਧ ਵੀ ਸਕਦੀ ਹੈ ਸੋ 1000 ਹੋ ਸਕਦੀ ਹੈ ਫੀਸ ਓਕੇ ਸੋ ਫੀਸ ਦਾ ਤਾਂ ਕੀ ਤੁਸੀਂ ਤਿਆਰੀ ਖਿੱਚ ਕੇ ਰੱਖੋ ਪਹਿਲੇ ਨਾ ਤੇ ਜਿਹੜੇ ਬੱਚਿਆਂ ਦਾ ਇੰਗਲਿਸ਼ ਦਾ ਉਸ ਟਾਈਮ ਤੇ ਸਿਲੇਬਸ ਕੀ ਰਿਆ ਸੀ 2050 ਦੇ ਵਿੱਚ ਦੇ ਤੁਸੀਂ ਉਸ ਦੇ ਅਕੋਰਡਿੰਗ ਤਿਆਰੀ ਕਰਨਾ ਚਾਹੁੰਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਿ ਇੰਗਲਿਸ਼ ਦਾ ਸਿਲੇਬਸ ਉਸ ਟਾਈਮ ਤੇ ਇੰਗਲਿਸ਼ ਰਾਈਟਰਸ ਹਨ ਸੇਮ ਮਾਸਟਰ ਕੈਡਰ ਵਰਗਾ ਹੀ ਪੂਰਾ ਸ਼ਡਿਊਲ ਥੜਾ ਰਹੇਗਾ ਕਿ ਤੁਸੀਂ ਕਿਦਾਂ ਪ੍ਰੋਸੈਸ ਐਪਲੀਕੇਸ਼ਨ ਫਿਲ ਕਰਨੀ ਹੈ ਔਰ ਤੁਹਾਡੀਆਂ ਕਿਹੜੀ ਸ਼ਰਤਾਂ ਰਹਿਣਗੀਆਂ ਜੋ ਵੀ ਤੁਹਾਨੂੰ ਡਾਕੂਮੈਂਟਸ ਨੇ ਸਭ ਕੁਝ ਮਾਸਟਰ ਕੈਡਰ ਵਰਗਾ ਹੈ ਤੇ ਸਿਲੇਬਸ ਤੁਸੀਂ ਦੇਖ ਲਓ ਇੱਕ ਵਾਰ ਜੀਵੇਂ ਕਿ ਇਹ ਵੀ ਪਾਰਟ 1 ਔਰ ਪਾਰਟ 2 ਦੇ ਵਿੱਚ ਵੰਡਿਆ ਗਿਆ ਜਿਸ ਤਰ੍ਹਾਂ ਕਿ ਮਾਸਟਰ ਕੈਟ ਦਾ ਸਿਲੇਬਸ ਹੈਗਾ ਐਂਡ ਇੰਗਲਿਸ਼ ਰਾਈਟਰ ਦੇ ਵਿੱਚ ਇੱਥੇ ਆਰ ਕੇ ਨਰਾਇਣ ਰਾਜਾ ਰਾਓ ਅਰੁੰਧਤੀ ਰਾਏ ਐਂਡ ਖੁਸ਼ਵੰਤ ਸਿੰਘ ਮੁਲਕਰਾਜਨੰਦ ਅਨੀਤਾ ਦੇਸਾਈ ਰਵਿੰਦਰ ਨੈਟੇਗੋਰ ਸ੍ਰਿਜਨੀ ਨਾਇਡੋ ਤੇ ਇਹ ਸਾਡੇ ਕੋਲ ਮਾਸਟਰ ਕੈਟ ਦੇ ਵਿੱਚ ਵੀ ਇੰਡੀਅਨ ਰਾਈਟਰਸ ਦੇ ਵਿੱਚ ਇਹੀ ਸਨ ਔਰ ਜੈਕੋਬੀਨ ਟੂ ਰੈਸਟੋਰੇਸ਼ਨ ਦੇ ਵਿੱਚ ਡੌਨ ਡਨ ਜੌਨ ਡਨ ਐਂਡ ਮਿਲਟਨ ਨੇ ਉਹਦੇ ਵਿੱਚ ਸਾਡੇ ਕੋਲ ਦੋ ਐਕਸਟਰਾ ਸੀਗੇ ਠੀਕ ਹੈ ਬੈਂ ਜੌਨਸਨ ਵੀ ਸੀ ਸਾਡੇ ਕੋਲ ਇਸ ਦੇ ਵਿੱਚ ਨਹੀਂ ਦਿੱਤਾ ਹੋਇਆ ਫਿਲਹਾਲ ਤੇ ਅਗਸਟ 1 ਇਸ ਦੇ ਵਿੱਚ ਅਲੈਗਜ਼ੈਂਡਰ ਪੌਪ ਐਂਡ ਜੋਨਾਥਨ ਸਵਿਫਟ ਐਂਡ ਜੋਸਫ ਐਡੀਸਨ ਸੈਮੂਅਲ ਰਿਚਰਡਸਨ ਹੈਨਰੀ ਫਿਲਡਿੰਗ ਰੋਮਾਂਟਿਕ ਵਿਲੀਅਮ ਬਲੇਕ ਵਿਲੀਅਮ ਵਰਡਸਵਰਥ ਸੈਮੂਅਲ ਟਾਈਲਰ ਕੋਲਰੀਜ ਲਾਰਡ ਬਾਇਰਨ ਪੀਬੀ ਸ਼ੈਲੀ ਜான் ਕੀਜ ਥਾਰਟੀ ਵਰਡਸਵਰਥ ਜੇਨ ਆਸਟਨ ਸਰ ਵਾਲਟਰ ਸਕੋਟ ਮੈਰੀ ਸ਼ੈਲੇ ਮੈਥਿਊ ਅਰਨੋਲਡ ਲੂਇਸ ਐਂਡ ਇਹਦੇ ਵਿੱਚ ਵੀ ਤੁਹਾਨੂੰ ਸਿਰਫ ਦੋ ਰੋਮਾਂਟਿਕ ਪੀਰੀਅਡ ਦੇ ਵਿੱਚ ਵੀ ਦੋ ਚਾਰ ਰਾਈਟਰ ਜਿਹੜੇ ਐਡ ਹੋ ਗਏ ਜਿਵੇਂ ਡਰਾਉਥੀ ਵਾਟਸਵਰਥ ਨਹੀਂ ਸੀ ਸਾਨੂੰ ਇਹਦੇ ਵਿੱਚ ਐਡ ਹੋ ਗਿਆ ਹੈ ਐਂਡ ਉਸ ਤੋਂ ਬਾਅਦ ਵਿਕਟੋਰੀਅਨ ਪੀਰੀਅਡ ਵਿੱਚ ਐਲਫਰਡ ਟੈਨੈਸਨ ਐਲਫਰਡ ਰੋਲ ਟੈਨੈਸਨ ਰੋਬਰਟ ਏ ਇਕੋਈ ਹੈ ਐਂਡ ਰੋਬਰਟ ਬਰਾਊਨਿੰਗ ਈ ਬੀ ਬਰਾਊਨਿੰਗ ਥਾਮਸ ਕਾਰਲਾਈਲ ਜான் ਰਸਕਿਨ ਵਾਲਟਰ ਪੇਟਰ ਫਲੋਰੈਂਸ ਨਾਈਟਿੰਗਲ ਚਾਰਲੋਟ ਬ੍ਰਾਂਟੇ ਬ੍ਰਾਂਟੇ ਐਮਲੀ ਬ੍ਰਾਂਟੇ ਸਟਾਟਿਕਨਸ ਥਮ ਸਾੜੀ ਇਹਦੇ ਵਿੱਚ ਵੀ ਸਿਰਫ ਇੱਕੋ ਹੀ ਐਡ ਹੋਇਆ ਹੈ ਜਿਵੇਂ ਕਿ ਈਬੀ ਬਰਾਊਨਿੰਗ ਸਾਨੂੰ ਨਹੀਂ ਸੀ ਮਾਸਟਰ ਕੈਟ ਦੇ ਵਿੱਚ ਐਂਡ ਮਾਡਰਨ ਪੀਰੀਅਡ ਦੇ ਵਿੱਚ ਮਾਡਰਨ ਪੀਰੀਅਡ ਦੇ ਵਿੱਚ ਟੀਐਸ ਇਲੀਅਰਟ ਜੋ ਵਰਜੀਨੀਆ ਬulf ਜੋਸਫ ਕੌਨਰੇਡ ਜੇਮਸ ਚੋਇਸੀ ਈਐਮ ਫੋਰਸਟਰ ਡੀਐਥ ਲਾਰੈਂਸ ਡਬਲਯੂ ਈਟਸ ਐਂਡ ਜੀਬੀ ਸ਼ਾਓ ਸੋ ਇਹਦੇ ਵਿੱਚ ਵੀ ਕੋਈ ਐਡੀਸ਼ਨ ਨਹੀਂ ਹੋਈ ਹੈ ਸੋ ਕੰਟੈਂਪੋਰੀ ਪੀਰੀਅਡ ਦੇ ਵਿੱਚ ਫਿਲਿਪ ਲਾਕਿੰਗ ਟੱਡ ਹੂਜਿਸ ਸਟੀਫ 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 ਸਿਮਿਥ ਸਿਸਮੀ ਨੇ ਇਵਾਨ ਵੋਲੈਂਟ ਜਾਰਜ Orwell ਜਾਰਜ ਵਿਲੀਅਮ ਗੋਲਡਿੰਗ ਡੋਰਿਸ ਲੈਸਿੰਗ ਗ੍ਰਾਮ ਗ੍ਰੀਨੇ ਸੁਲਮਾਨ ਰਸ਼ਦੀ ਬੀਅ ਸਨਾਈਪਰ ਸਟੀਫਨ ਲੀਕੋਕ ਸੋ ਇਹਦੇ ਵਿੱਚ ਵੀ ਸੇਮ ਹੀ ਨੇ ਔਰ ਗ੍ਰਾਮਰ ਐਂਡ ਲਿੰਗੁਇਸਟਿਕ ਦੇ ਵਿੱਚ ਫਰੇਜ਼ ਸਟਰਕਚਰ ਰੂਲਸ ਟ੍ਰਾਂਸਫਰਮੇਸ਼ਨ ਜਨਰੇਟਿਵ ਗ੍ਰਾਮਰ रेफरेंस टू चॉमस की ट्रांसफॉर्मेशन रूल ब्रीफ इंट्रोडक्शन टू सिम सिमिटिक लैंगुएज सोशल लिंगुस्टिक लैंगुएज वराइटी डायलैक्ट एक्स एंड एंड रजिस्टर सोशल लिंगुस्टिक नेचर एंड एप्लीकेशन बिहेवियस कॉगनेटिव एंड मैंटल व्यूज ऑफ लैंगुएज लर्निंग इंडिविजुअल डिफरेंसिज लिंगुस्टिक स्पीड साइन प्रोग्राम स्पीच डिस्क्रिप्शन एंड क्लासीफिकेसन साउंड मोफल्जी वर्ड फॉर्मेशन सो सेम ही है सारा सिलेबस इंग्लिश का तो तीन तैयारी कर सद ਪਹਿਲਾਂ ਤੁਸੀਂ ਆਪਣੀ ਤਿਆਰੀ ਖਿੱਚ ਕੇ ਰੱਖੋ ਇਹਦੇ ਵਿੱਚ ਕੋਈ ਟਫ ਗੱਲ ਨਹੀਂ ਹੈ ਕਿਉਂਕਿ ਤੁਹਾਨੂੰ ਸਿਰਫ ਰਿਵਾਈਜ਼ ਹੀ ਕਰਨਾ ਹੈ ਔਰ ਇੱਕ ਦੋ ਜਿਹੜੇ ਰਾਈਟਰ ਐਡ ਹੋ ਗਏ ਨੇ ਉਹਨਾਂ ਨੂੰ ਪੜ੍ਹਨਾ ਹੈ ਔਰ ਜੋ ਵੀ ਤੁਹਾਡੀ ਪਿਛਲੀ ਕਰ ਕਮੀ ਰਹੀ ਗਈ ਉਸ ਨੂੰ ਤੁਸੀਂ ਤਿਆਰੀ ਚੰਗੀ ਤਰ੍ਹਾਂ ਕਰ ਸਕਦੇ ਜੇ ਤੁਸੀਂ ਐਮਏ ਪਾਸ ਕੀਤੀ ਹੋਈ ਹੈ ਤੁਸੀਂ ਇਹ ਪੋਸਟ ਜਦੋਂ ਵੀ ਆਉਣਗੇ ਤੁਸੀਂ ਜ਼ਰੂਰ ਫਿਲ ਕਰਨੀਆਂ ਨੇ ਓਕੇ ਬਸ ਆਪਣੇ ਨੋਟਸ ਰਿਵਾਈਜ਼ ਕਰਦੇ ਰਹੋ ਔਰ ਸੈਕੰਡਲੀ ਤੁਹਾਨੂੰ ਜਿਹੜਾ ਐਪਟੀਟਿਊਡ ਟੈਸਟ ਦਾ ਪੇਪਰ ਹੋਏਗਾ ਉਹਦਾ ਸਿਲੇਬਸ ਵੀ ਇੱਕ ਵਾਰ ਆਪਾਂ ਦੇਖ ਲੈਣੇ ਆ ਕਿ ਸਟਰਕਚਰ ਰਹੇਗਾ ਕੁਐਸਚਨ ਦਾ ਔਰ ਕਿਸ ਤਰ੍ਹਾਂ ਦਾ ਸਿਲੇਬਸ ਰਹੇਗਾ ਸੋ ਸਟਰਕਚਰ ਆਫ ਕੁਐਸਚਨ ਇਦ ਹੈ ਕਿ ਤੁਹਾਨੂੰ ਮਲਟੀਪਲ ਚੋਇਸ ਕੁਐਸਚਨ ਹੀ ਆਣਗੇ ਔਰ ਐਂਡ देयर विल बी ਨੋ 네ਗੇਟਿਵ ਮਾਰਕਿੰਗ ਐਸ ਯੂ ਕੈਨ ਸੀ ਐਂਡ ਉਸ ਤੋਂ ਬਾਅਦ 150 ਨੰਬਰ ਦਾ ਇਹ ਟੈਸਟ ਹੋਏਗਾ 2 ਐਂਡ ਹਾਫ ਆਵਰਸ ਠੀਕ ਹੈ 2 ਘੰਟੇ ਤੁਹਾਨੂੰ ਮਿਲਣਗੇ ਇਹਦੇ ਵਿੱਚ ਉਸ ਤੋਂ ਬਾਅਦ ਇੰਗਲਿਸ਼ ਪੰਜਾਬੀ ਟੀਚਿੰਗ ਜਨਰਲ ਨੋਲਜ கரنٹ افੇਅਰ 멘ਟਲ ਐਪਟੀਟਿਊਡ ਤੁਹਾਨੂੰ ਇਸ ਦੇ ਵਿੱਚ ਆਏਗਾ ਦੇਖੋ ਟੀਚਿੰਗ ਤਾਂ ਤੁਸੀਂ ਬੀਅਰ ਦੇ ਵਿੱਚ ਪੜ੍ਹੀ ਹੋਏਗੀ ਤੁਹਾਡੇ ਲਈ ਇਜ਼ੀ ਰਹੇਗਾ ਤੁਸੀਂ ਪਹਿਲੇ ਇਹਨੂੰ ਹੀ ਪਿਕ ਕਰ ਸਕਦੇ ਹੋ ਪੰਜਾਬੀ ਤੁਸੀਂ ਪਹਿਲਾਂ ਪੜ੍ਹ ਸਕਦੇ ਹੋ ਠੀਕ ਹੈ ਸੈਕੰਡਲੀ ਔਰ ਨਾਲ ਦੀ ਨਾਲ ਤੁਸੀਂ ਇੰਗਲਿਸ਼ ਆਪਣੀ ਕਰ ਸਕਦੇ ਹੋ ਰੈਡੀ ਜਨਰਲ ਅਵੇਅਰ ਨੋਲਜ ਔਰ கரنٹ افੇਅਰ ਤੁਸੀਂ ਰੋਜ਼ ਹੀ ਰੋਜ਼ ਕਰੋਗੇ ਤਾਂ ਤੁਹਾਡਾ ਹੋ ਜਾਏਗਾ ਕਲੀਅਰ ਐਂਡ 멘ਟਲ ਐਪਟੀਟਿਊਡ ਦੇ ਲਈ ਵੀ ਤੁਹਾਨੂੰ ਰੋਜ਼ ਰੋਜ਼ ਪ੍ਰੈਕਟਿਸ ਕਰਨੀ ਪੈਗੀ 30 30 ਮਾਰਕਸ ਦਾ ਐਗਜ਼ਾਮ ਹੋਏਗਾ ਕਿ ਇਸ ਦੇ ਵਿੱਚ ਕੀ ਕੀ ਹੋ ਸਕਦਾ ਹੈ जिमें कि तू जनरल और इंटैलीजेंस और रीजनिंग एबिलिटी यानी कि मैंटल एबिलिटी जो जो आएंगे टॉपिक्स वो इस तरह होने कि प्रॉब्लम सॉल्विंग एनालिसिस जजमेंट एंड एनालॉगी uh, डिसीजन मेकिंग ठीक है विजुअल मेमोरी एंड कोडिंग डिकोडिंग ये सारा कुछ नंबर सीरीज ये सारा कुछ आएगा ठीक है एंड ਅਰਥਾ ਨੂੰ ਜਨਰਲ ਨੋਲੇਜ ਦੇ ਵਿੱਚ ਕੀ ਕੀ ਪੁੱਛ ਸਕਦੇ ਹੈ ਜਿਵੇਂ ਕਿ ਐਬ੍ਰੇਡਸ ਸਾਇੰਸ ਸਾਇੰਟੀਫਿਕ ਰਿਸਰਚਸ ਸਪੋਰਟਸ ਇੰਡੀਅਨ ਕਲਚਰ ਇੰਡੀਅਨ ਹਿਸਟਰੀ ਇੰਡੀਅਨ ਜੀਓਗ੍ਰਾਫੀ ਇਕਨੋਮਿਕਸ ਪੋਲਿਟੀ ਇੰਡੀਅਨ ਕਨਸਟੀਟਿਊਸ਼ਨ ਐਸ ਯੂ نو ਕਿ ਜੀਕੇ ਦੇ ਵਿੱਚ ਸਾਰਾ ਕੁਝ ਹੀ ਕਵਰ ਹੋ ਰਿਹਾ ਲਿੰਦਾ ਹੈ ਜਨਰਲ ਸਾਇੰਸ ਦੇ ਵਿੱਚ ਐਂਡ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਕੀ ਕੀ ਆਏਗਾ ਕਿ ਪੰਜਾਬੀ ਦੇ ਵਿੱਚ ਲਿੰਗ ਕਰੈਕਟ ਯੂਸ ਅਫ ਨੋਲੇਜ ਆਫ ਪੰਜਾਬੀ ਵਿਲ ਬੀ ਯੂਜ਼ਡ ਔਨ 에ਰਰ ਰੈਕੋਗਨਾਈਜੇਸ਼ਨ ਠੀਕ ਹੈ ਫਿਲਿੰਗ ਦੀ ਬਲੈਂਕਸ article preposition using verbs vocabulary spelling grammar uh, sentence structures synonym antonyms uh, sentence comprehension phrases and idiom and kyunki jehde ne tusi kehne ho na ki noun pronoun eh sara kujh hi ede vich aayega language punjabi de vich ki noun pronoun samanarthi virodhi shabd is tarah de tohanu question puchhe jaan ge todi knowledge check kiti jaegi punjabi grammar nu leke and language second de vich english de vich vi same rahega ki article verb preposition uh, grammar spelling check hona fill in the blanks antonyms synonym completion phrases phrases and idioms ye sab kuch sab to pucha jayega teaching de vich to tannu ohi sara kuch jo bhi thodi tusi chapter de vich padhya hai ya tusi ps chapter de vich jo jo padhya hai bloom's taxonomy hoke bachaan de behavior hoke child's misconception hoke bachaan nu kis tarah padhana chahida teaching method ye sab kuch jayega teaching de vich aur current affair tusi roz roz karni hai to ode vich to tannu pichle 6 mahina da ya pichle 6 ya 7 mahina da jinna vi tannu pata hona chahiye da sara current affair ਮੈਂ ਟੈਪਲ ਅਪਟਿਟਿਊਡ ਤੁਹਾਨੂੰ ਦੱਸਦਾ ਹਾਂ ਕਿ ਸਾਰੇ ਉਹਦੇ ਵਿੱਚ ਰੀਜ਼ਨਿੰਗ ਔਰ ਜੋ ਮੈਥ ਥੋੜਾ ਥੋੜਾ 파ਟ ਹੁੰਦਾ ਉਹ ਕਵਰ ਹੋ ਜਾਏਗਾ ਉਹਦੇ ਵਿੱਚ ਠੀਕ ਹੈ ਉਹਦੇ ਲਈ ਤੁਸੀਂ ਕੋਈ ਵੀ ਬੁੱਕ ਅੱਛੀ ਜੀ ਐਸ ਕੇ ਅਗਰਵਾਲ ਦੀ ਬੁੱਕ ਤੁਸੀਂ ਰੈਫਰ ਕਰ ਸਕਦੇ ਹੋ ਟੀਚਿੰਗ ਦੇ ਲਈ ਤੁਹਾਡੇ ਕੋਲ YouTube ਚੈਨਲ ਹੀ ਬਹੁਤ ਨੇ ਉਹਦੇ ਤੋਂ ਕਰ ਲਓ ਤੁਸੀਂ ਪ੍ਰੈਕਟਿਸ ਇੰਗਲਿਸ਼ ਦੇ ਲਈ ਵੀ ਨੇ ਤੇ ਅੱਜਕੱਲ ਪੰਜਾਬੀ ਦੇ ਲਈ ਵੀ ਆ ਗਏ ਨੇ ਤਾਂ ਇਹਦੇ ਲਈ ਤੁਸੀਂ 10th ਤੱਕ ਦੀ ਬੁੱਕਸ ਨੂੰ ਰੈਫਰ ਕਰ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਆਪਣੀ ਤਿਆਰੀ ਨੂੰ ਕਰ ਸਕਦੇ ਹੋ ਠੀਕ ਹੈ ਐਂਡ ਆਸ਼ਾ ਕਰਦੇ ਹਾਂ ਕਿ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਅੱਛੇ ਤਰ੍ਹਾਂ ਪਹੁੰਚ ਚੁੱਕੀ ਹੋਏਗੀ ਤਾਂ ਤੁਸੀਂ ਪੋਜ਼ਿਟਿਵ ਮਾਈਂਡ ਨਾਲ ਆਪਣੀ ਤਿਆਰੀ ਜੇ ਤੁਸੀਂ ਅ ਸ਼ੁਰੂ ਕਰ ਸਕਦੇ ਹੋ ਤਾਂ ਸ਼ੁਰੂ ਕਰ ਦਿਓ ਇਸ ਨੂੰ ਜਦੋਂ ਵੀ ਅਸਾਮੀਆਂ ਆਣਗੇ ਤਾਂ ਕਿ ਤੁਹਾਡਾ ਮਾਈਂਡ ਥੋੜਾ ਜਿਹਾ ਰਿਲੈਕਸ ਰਹੇਗਾ ਓਕੇ ਸੋ 올 ది ਬੈਸਟ